ਕਿਉਂਕਿ ਭਾਰਤ ਦਾ ਰਾਸ਼ਟਰੀ ਪੰਛੀ ਮੋਰ ਮਾਸਾਹਾਰੀ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ। ਸਰ ਦੋਸਤੋ, ਮੋਰ ਆਪਣੀ ਸੁੰਦਰਤਾ ਲਈ ਦੁਨੀਆ ਵਿੱਚ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਮੋਰ ਦੀ ਸੁੰਦਰਤਾ ਦੇਖ ਕੇ ਅੱਖਾਂ ਚਮਕ ਜਾਂਦੀਆਂ ਹਨ। ਦੋਸਤੋ, ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ। ਇਸ ਨੂੰ ਏਸ਼ੀਆ ਦੇ ਸਭ ਤੋਂ ਖੂਬਸੂਰਤ ਪੰਛੀਆਂ ਵਿੱਚ ਇੱਕ ਮੰਨਿਆ ਜਾਂਦਾ ਹੈ। ਮੋਰ ਆਪਣੀ ਸੁੰਦਰਤਾ ਲਈ ਦੁਨੀਆ ਵਿੱਚ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਮੋਰ ਦੀ ਸੁੰਦਰਤਾ ਦੇਖ ਕੇ ਅੱਖਾਂ ਚਮਕ ਜਾਂਦੀਆਂ ਹਨ। ਇੰਨਾ ਹੀ ਨਹੀਂ, ਦੱਖਣੀ ਏਸ਼ੀਆ ਵਿੱਚ ਪਾਏ ਜਾਣ ਵਾਲੇ ਮੋਰ ਭਾਰਤੀ ਸੰਸਕ੍ਰਿਤੀ ਅਤੇ ਹਿੰਦੂ ਧਰਮ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਤੋਂ ਇਲਾਵਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੋਰ ਦਾ ਵਿਕਾਸ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਇਆ ਸੀ। ਮੋਰ ਅਤੇ ਮੋਰਨੀ ਨੇ ਅੰਗਰੇਜ਼ੀ ਵਿੱਚ ਵੱਖ ਵੱਖ ਨਾਮ ਹਨ। ਮੋਰ ਨੂੰ ਪੀਕੋਕ ਅਤੇ ਮੋਰਨੀ ਨੂੰ ਪੀ ਹੈਨ ਕਿਹਾ ਜਾਂਦਾ ਹੈ। ਦੋਵਾਂ ਦਾ ਇੱਕ ਨਾਮ ਹੈ ਪੌਪ ਫੁੱਲ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਸੁੰਦਰ ਲੰਬੇ ਖੰਭ ਸਿਰਫ ਮੋਰ ਯਾਨੀ ਕਿ ਨਰ ਵਿੱਚ ਪਾਏ ਜਾਂਦੇ ਹਨ। ਮਾਦਾ ਮੋਰਨੀ ਦੇ ਖੰਭ ਲੰਬੇ ਨਹੀਂ ਹੁੰਦੇ। ਮੋਰ ਦੇ ਸ਼ਾਕਾਹਾਰੀ ਅਤੇ ਮਾਸਾਹਾਰੀ ਹੋਣ ਬਾਰੇ ਕਈ ਗੱਲਾਂ ਕਹੀ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਦਾਣੇ ਅਤੇ ਮਿਰਚਾਂ ਖਾਣ ਤੋਂ ਇਲਾਵਾ ਮੋਰ ਕੀੜੇ ਮਕੌੜੇ ਵੀ ਖਾਂਦੇ ਹਨ। ਇੰਨਾ ਹੀ ਨਹੀਂ, ਮੋਰ ਸੱਪ ਵੀ ਖਾ ਜਾਂਦੇ ਹਨ ਅਤੇ ਹਜ਼ਮ ਵੀ ਕਰ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਮੋਰ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਨੇ ਤਰ੍ਹਾਂ ਦਾ ਹੁੰਦਾ ਹੈ। ਮੋਰ ਉੱਡਣ ਲਈ ਆਪਣੇ ਖੰਭਾਂ ਦੀ ਵਰਤੋਂ ਕਰਦੇ ਹਨ। ਉਹ ਸਿਰਫ ਛੋਟੀ ਦੂਰੀ ਲਈ ਹੀ ਉੱਡ ਸਕਦੇ ਹਨ। ਜਾਣਕਾਰੀ ਮੁਤਾਬਕ 8 ਫੁੱਟ ਤੋਂ ਜ਼ਿਆਦਾ ਨਹੀਂ ਉੱਡ ਸਕਦੇ। ਦੋਸਤੋ, ਤੁਹਾਨੂੰ ਪਤਾ ਲੱਗ ਗਿਆ ਹੈ ਕਿ ਮੋਰ ਸ਼ਾਕਾਹਾਰੀ ਹੈ ਮਾਸਾਹਾਰੀ ਹੈ। ਅਸਲ ਵਿੱਚ ਮੋਰ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਨੇ ਪ੍ਰਕਾਰ ਦਾ ਹੁੰਦਾ ਹੈ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ।